ਸੰਧੂ ਸਾਹਿਬ ਲਿਆਓ ਜੀ, ਪਹਿਲਾਂ ਲਿਆਓ ਜੀ ਡਾਕਟਰ ਲੈਣਾ ਦੇ ਪਰਿਵਾਰ ਸਮੂਹ ਹਾਜ਼ਰੀ। ਅੱਜ ਦੇ ਆਪਣਾ ਨਾਮ ਸਮੂਹ ਹਾਜ਼ਰੀਨ, ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦਾ ਅਸੀਂ ਸਵਾਗਤ ਕਰਦੇ ਹਾਂ। ਇਹ ਸੰਖੇਪ ਸਮਾਗਮ ਹੈ। ਅਸੀਂ ਅੱਜ ਇਸ ਸਮਾਗਮ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਅੱਜ ਇਹ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਜੋ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਸੀ, ਉਹਦੇ ਵਿੱਚ ਸਾਡੇ ਵੱਖ ਵੱਖ ਕਿਸਾਨਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ, ਉਹਨਾਂ ਨੇ ਵੈਸੇ ਵੀ ਮਾਨਸਿਕ ਤਸੀਹੇ ਬਰਦਾਸ਼ਤ ਕੀਤੇ। ਸੋ ਜੋ ਸ਼ਹੀਦ ਕਿਸਾਨ ਹੋਏ ਸਨ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਅੱਜ ਸਾਂਭਿਆ ਜਾ ਰਿਹਾ। ਉਹਨਾਂ ਨੂੰ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਸਾਹਿਬ ਵੱਲੋਂ ਪਹਿਲਾਂ ਮਾਨਸਾ ਤੋਂ ਇਹ ਸ਼ੁਰੂਆਤ ਕੀਤੀ ਗਈ ਸੀ। ਸੋ ਅੱਜ ਮੁੱਖ ਮੰਤਰੀ ਸਾਹਿਬ ਅੱਜ ਇੱਕ ਵਾਰ ਫਿਰ ਲੁਧਿਆਣੇ ਦੇ ਵਿੱਚ ਅੱਜ ਕੁਝ ਪਰਿਵਾਰਾਂ ਨੂੰ ਇੱਥੇ ਨਿਯੁਕਤੀ ਪੱਤਰ ਦੇਣ ਵਾਸਤੇ ਪਹੁੰਚੇ ਨੇ। ਅਸੀਂ ਉਹਨਾਂ ਨੂੰ ਨਿੱਘਾ ਜੀਆਂ ਆਖਦੇ ਹਾਂ ਅਤੇ ਮੈਂ ਇੱਕ ਇੱਕ ਕਰਕੇ ਨਾਮ ਅਨਾਊਂਸ ਕਰਾਂਗਾ। ਜਿਹੜੇ ਵੀ ਪਰਿਵਾਰ ਨੇ ਉਹ ਆਪਣਾ ਨਿਯੁਕਤੀ ਪੱਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਜਾਣਗੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਪਿੰਡ ਢੱਟ ਤੋਂ ਸ਼੍ਰੀਮਤੀ ਹਰਵਿੰਦਰ ਕੌਰ। ਵਿਧਾਨ ਸਭਾ ਹਲਕਾ ਦਾਖਾ ਜੀ। ਇਸ ਤੋਂ ਬਾਅਦ ਸ਼੍ਰੀ ਬਲਜਿੰਦਰ ਸਿੰਘ ਪੁੱਤਰ ਸ਼੍ਰੀ ਜੰਗ ਸਿੰਘ ਪਿੰਡ ਦਾਖਾ। ਤੁਹਾਡੇ ਨਾਲ ਹੈ, ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਨਹੀਂ ਭਰ ਸਕਦੇ, ਪਰ ਜਿੰਨਾ ਅਸੀਂ ਕਰ ਸਕਦੇ ਹਾਂ। ਥਾਣੇ ਦੇ ਵਿੱਚ ਅਸੀਂ ਇਹਨਾਂ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹੈ। ताज़ा अपडेट्स व बड़ी खबरों के लिए सब्सक्राइब करें अर्थ प्रकाश टीवी और बेल आइकन दबाना ना भूलें।